मेरे कोल चार छोटे हाथी के ने, मेरा लोडिंग दा काम है। जो तनखाह बच जाती सी वो मान लो घर खर्चा बदी चलन लग गया तो किस्त निकल लग गई। जी मेरा नाम पिंकी रानी है, मैं हबोर दी रहने वाली हाँ। मेरे कोल चार छोटे हाथी के ने, मेरा लोडिंग दा काम है। किवें शुरू होया जिहड़ा छोटा हाथी चलाउण दा काम है, इत्थों तक जिहड़ा पहुंचण दा? हाँ जी, पहला जिदा आपां मेहनत करते सीगे, दिहाड़ी मजदूरी करते सीगे, तां पहला मैरिज होई, उत्तों डिवोर्स होया। उस तों बाद मान लो कुछ दिन मैं आपदे मायके उत्थे रही, तां उत्थे भी उन्हां दा मान लो आर्थिक हालात ठीक नहीं सीगे, आपदा वी मसां आपदा गुजारा करते सीगे। मेरे छोटे भरा फादर जी की डैथ हुई सी, तां कोई कमाण वाला तां मान लो है नहीं सीगा। फिर उस तों बाद अपना सोचा कि क्यों ना अपने आपदे पैरां ते स्टैंड होके अपना कुछ दुनिया तो वखरा करके तो आपदा मेहनत करके आपदा घर गुजारा चलाना चाहिए। आ की पहला की कीता दिहाड़ी मजदूरी च की काम कीता गया फिर जी? जिदा आपां लोकां दे जिदा किन्नू तोड़ने भी जांदे सीगे, तां दिहाड़ी ते जिदा झोना लाना, मेहनत मान लो गोड्डी करनी, सारे काम कीते ने। ਤੋ ਦਿਹਾੜੀ ਵਾਲਾ ਕੰਮ ਹਰੇ ਕੀਤਾ ਜਿਹੜਾ ਦਿਹਾੜੀ ਦਾ? ਹਾਂਜੀ 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 ਮਜ਼ਦੂਰੀ ਕੀਤੀ ਆ। ਹੁਣ ਹੁਣ ਪੈਂਦਾ ਉਸ ਵੇਲੇ ਤਾਂ ਬਹੁਤ ਵੀਰੇ ਬਹੁਤ, ਸਾਰੇ ਦਿਨ 'ਚ ਮੰਨ ਲਓ 200 ਰੁਪਇਆ ਦਿਹਾੜੀ ਪੈਂਦੀ ਸੀਗੀ ਉਸ ਟਾਈਮ, ਤਾਂ ਹੌਲੀ ਹੌਲੀ ਕਰਕੇ ਆਪਣੀ ਸੈਲਰੀ ਇਕੱਠੀ ਕਰਕੇ ਫਿਰ ਇੱਕ ਸੈਕਿੰਡ ਹੈਂਡ ਗੱਡੀ ਲਿੱਤੀ, ਲੋਨ ਵਗੈਰਾ ਕਰਵਾ ਕੇ, ਤਾਂ ਫਿਰ ਜਿੱਦਾਂ ਡਰਾਈਵਰ ਰੱਖਿਆ ਉਹ 'ਤੇ ਥੋੜ੍ਹਾ ਜਿਹਾ ਇਨਕਮ ਘੱਟ ਆਉਂਦੀ ਸੀ, ਜਿੱਦਾਂ ਕਿਸ਼ਤ ਵਗੈਰਾ ਨਹੀਂ ਭਰੀ ਜਾਂਦੀ ਸੀ। ਫਿਰ ਆਪ ਸੋਚਿਆ ਕਿ ਕਿਉਂ ਨਾ ਮੰਨ ਲਓ ਜਦੋਂ ਤਨਖਾਹ ਡਰਾਈਵਰ ਨੂੰ ਦਿੰਦੇ ਹਾਂ, ਮੰਨ ਲਓ ਆਪ ਚਲਾ ਕੇ ਤਾਂ ਮੰਨ ਲਓ ਕਿਸ਼ਤ ਵੀ ਵਧੀਆ ਨਿਕਲਦੀ ਹੈ ਤਾਂ ਘਰ ਖਰਚਾ ਵੀ ਵਧੀਆ ਚੱਲਦਾ ਆ। ਔਖਾ ਸੀ ਉਦੋਂ? ਹਾਂਜੀ ਬਹੁਤ ਔਖਾ ਜੀ। ਪਹਿਲਾਂ ਨਹੀਂ ਡਰਾਈਵਰੀ ਆਉਂਦੀ ਸੀਗੀ? ਨਹੀਂ ਜੀ ਪਹਿਲਾਂ ਨਹੀਂ ਆਉਂਦੀ ਸੀਗੀ, ਬਾਅਦ 'ਚ ਹੌਲੀ ਹੌਲੀ ਕਰਕੇ ਮੰਨ ਲਓ ਜਿੱਦਾਂ ਡਰਾਈਵਰ ਰੱਖ ਕੇ ਫਿਰ ਉਹ ਮੰਨ ਲਓ ਆਪ ਜਾਂਦੇ ਸੀ ਨਾਲ ਲੇਬਰ ਵਗੈਰਾ ਲੈ ਕੇ, ਤਾਂ ਥੋੜ੍ਹਾ ਜਿਹਾ ਧਿਆਨ ਰੱਖਦੇ ਸੀਗੇ, ਫਿਰ ਹੌਲੀ ਹੌਲੀ ਕਰਕੇ ਮੰਨ ਲਓ ਆਪ ਸਿੱਖ ਗਏ। ਫਿਰ ਉਹ ਸਿੱਖਣ ਤੋਂ ਬਾਅਦ ਫਿਰ ਆਪ ਚਲਾਉਣਾ ਸ਼ੁਰੂ ਕੀਤਾ? ਹਾਂਜੀ ਹਾਂਜੀ ਆਪ ਚਲਾਉਣਾ, ਮੰਨ ਲਓ ਆਪ ਚਲਾਉਣ ਕਰਕੇ ਮੰਨ ਲਓ ਘਰ ਵਧੀਆ ਚੱਲਣ ਲੱਗ ਗਿਆ, ਤਾਂ ਨਿਕਲਣਾ ਸ਼ੁਰੂ ਹੋ ਗਿਆ ਜਿਹੜਾ? ਹਾਂਜੀ ਹਾਂਜੀ ਜਿੱਦਾਂ ਤਨਖਾਹ ਬਚ ਜਾਂਦੀ ਸੀਗੀ ਉਹ ਮੰਨ ਲਓ ਘਰ ਖਰਚਾ ਵਧੀਆ ਚੱਲਣ ਲੱਗ ਗਿਆ ਤਾਂ ਕਿਸ਼ਤ ਨਿਕਲਣ ਲੱਗ ਗਈ, ਤਾਂ ਉਦੋਂ ਮੰਨ ਲਓ ਇੱਕ ਗੱਡੀ ਫ੍ਰੀ ਹੋਈ, ਫਿਰ ਅਸੀਂ ਦੂਜੀ ਲਈ, ਫਿਰ ਤੀਜੀ ਲਈ, ਮੰਨ ਲਓ ਜਿੱਦਾਂ ਵਧੀਆ। ਹਾਂਜੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਕਿੱਥੇ ਕਿੱਥੋਂ ਤੱਕ ਲੈ ਕੇ ਜਾਂਦੇ ਆ ਜਿਹੜਾ ਸਮਾਨ ਆ, ਲੋਕ ਜਿਹੜਾ ਹੈਗਾ ਕਿੱਥੋਂ ਤੱਕ ਤੁਹਾਨੂੰ ਭੇਜ ਦਿੰਦੇ ਕਿ ਸਾਡਾ ਸਮਾਨ ਲੈ? ਜਿੱਦਾਂ ਰਾਜਸਥਾਨ, ਹਰਿਆਣਾ, ਪੰਜਾਬ, ਜਿੱਥੋਂ ਦਾ ਵੀ ਕੋਈ ਲੋਡਿੰਗ ਦਾ ਸਮਾਨ ਆਉਂਦਾ, ਅਸੀਂ ਆਪਦੇ ਪੂਰੀ ਮਿਹਨਤ ਨਾਲ, ਲਗਨ ਨਾਲ, ਜ਼ਿੰਮੇਵਾਰੀ ਨਾਲ ਅਸੀਂ ਉਹਨਾਂ ਦਾ ਮਾਲ ਪੁਗਤਾ ਕੇ ਆਉਂਦੇ ਹਾਂ। ਵਿਸ਼ਵਾਸ ਕਰਦੇ ਹੈ ਕਿ ਇੱਕ ਔਰਤ ਲੈ ਕੇ ਜਾ ਰਹੀ ਹੈ ਤਾਂ ਮਤਲਬ ਵਿਸ਼ਵਾਸ ਕਿੰਨਾ ਕੁ ਹੁੰਦਾ, ਕਿਉਂਕਿ ਟੈਂਪੂ ਚਲਾਉਣਾ ਜਾਂ ਡਰਾਈਵਰੀ ਕਹਿੰਦੇ ਹੈਗੇ ਕਿ ਜਿਹੜੇ ਮਰਦ ਜਿਹੜੇ ਲੋਕ ਆ ਉਹਨਾਂ ਦਾ ਕੰਮ ਹੈ? ਜੀ ਵਿਸ਼ਵਾਸ ਕਰਦੇ ਨੇ, ਤਾਂ ਹੀ ਉਹਨਾਂ ਨੇ ਜੇ ਆਪਾਂ ਨੂੰ ਕੰਮ ਦਿੱਤਾ ਤਾਂ ਆਪਾਂ ਇਸ ਇੱਥੇ ਤੱਕ ਪਹੁੰਚੇ ਗਏ ਹਾਂ। ਮੰਨ ਲਓ ਇਹ ਉਹਨਾਂ ਦਾ ਧੰਨਵਾਦ ਕਰਦੇ ਹੈਗੇ ਆ ਜੋ ਇੱਕ ਮਰਦ ਅਤੇ ਔਰਤ 'ਚ ਫਰਕ ਨਹੀਂ ਸਮਝਦੇ, ਚਲੋ ਆਪਾਂ ਨੂੰ ਕੰਮ ਦਿੰਦੇ ਆ, ਤਾਂ ਉਹਨਾਂ ਦੀ ਬਦੌਲਤ ਹੀ ਆਪਾਂ ਇੱਥੇ ਇਸ ਲਾਈਨ 'ਚ ਪਹੁੰਚੇ ਹਾਂ। ਮੁਸ਼ਕਿਲਾਂ ਬਹੁਤ ਆਈਆਂ ਜੀ? ਬਹੁਤ ਜੀ, ਪਹਿਲਾਂ ਤਾਂ ਬਹੁਤ ਮੁਸ਼ਕਿਲਾਂ ਸੀਗੀਆਂ। ਮੰਨ ਲਓ ਪਹਿਲੇ ਵਾਰੀ ਜਾਣਾ, ਅਗਲਾ ਇਹ ਵੀ ਸੋਚਦਾ ਸੀਗਾ ਮੰਨ ਲਓ ਕੀ ਪਤਾ ਮੰਡੀ ਕਰਾਉਣਗੇ ਜਾਂ ਨਾ ਕਰਾਉਣਗੇ, ਤਾਂ ਹੌਲੀ ਹੌਲੀ ਕਰਕੇ ਜਿੱਦਾਂ ਚਲਾਉਣ ਲੱਗੇ ਤਾਂ ਦੁਨੀਆਂ ਨੂੰ ਪਤਾ ਲੱਗਣ ਲੱਗਿਆ ਵੀ ਹਾਂ ਵੀ ਕੁੜੀ ਡਰਾਈਵਿੰਗ ਕਰਦੀ ਆ, ਤਾਂ ਵਧੀਆ ਆਪਦਾ ਜ਼ਿੰਮੇਵਾਰੀ ਨਾਲ ਮਾਲ ਚੱਕਦੇ ਆ, ਤਾਂ ਉਸ ਤੋਂ ਬਾਅਦ ਆਪਾਂ ਨੂੰ ਕੰਮ ਮਿਲਣ ਲੱਗ ਗਿਆ, ਅਤੇ ਕੰਮ ਤੋਂ ਮੰਨ ਲਓ ਸਟਾਰਟ, ਮੰਨ ਲਓ ਆਪਾਂ ਵਧੀਆ ਇਸ ਇੱਥੇ ਤੱਕ ਪਹੁੰਚ ਗਏ। ਫਿਰ ਮਿਲਦੇ ਆ ਲੋਕ ਜਿਹੜੇ ਜਦੋਂ ਕਿਤੇ ਜਾ ਕੇ ਰੁਕਦੇ ਆ ਚਾਹ ਪਾਣੀ ਪੀਂਦੇ ਆ ਢਾਬਿਆਂ ਤੇ? ਹਾਂਜੀ ਹਾਂਜੀ ਮਿਲਦੇ ਹੈਗੇ ਆ ਜਦੋਂ ਕਿਤੇ ਰਾਸਤੇ 'ਚ, ਬਹੁਤ ਹੌਸਲਾ ਅਫਜਾਈ ਵੀ ਕਰਦੇ ਨੇ, ਰੋਕ ਕੇ ਵੀ ਕਈ ਵਾਰੀ, ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਬਹੁਤ ਵਧੀਆ ਹੈ ਕਿ ਇਸ ਲਾਈਨ 'ਚ ਕੁੜੀ ਮਿਹਨਤ ਕਰ ਰਹੀ ਹੈ। ਜ਼ਿੰਮੇਵਾਰੀ ਕਿਵੇਂ ਨਿਭਾਉਂਦੇ ਆ? ਘਰ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ, ਇੱਕ ਮਾਂ ਦੀ ਵੀ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਹੈ, ਬੱਚਾ ਤੁਹਾਡਾ ਛੋਟਾ ਹੈ, ਫਿਰ ਸਮੇਂ ਕਿਵੇਂ ਨਿਕਲਦਾ ਪੂਰੇ ਕੰਮ ਵਾਸਤੇ?
जी बस जिवें आपां कम सुबह उठ के पहला घर संभालदे आ, उस तों बाद जिहदा कोई गेड़ा आ गया तां विचों दी गेड़ा ला के आ जांदे आ। औरतां जिहड़ियां हैगियां कम करना चाहीदा है, घट नहीं समझना चाहीदा अपने आप नूं? नहीं, कम करना चाहिए, कम जरूरी है। इन्नी महंगाई विच कम तो जरूरी है वीरे, जे तो आप कम करांगे, मेहनत करांगे तो ही अगे बच्चे अपने सौखे रहेंगे। जे आप कम ना करांगे, जे आप मेहनत की तो अगर अपने बच्चे भी यही कम मेहनत ही करेंगे। पिंकी खुश है जिहड़ा कम कर रही है? हाँ जी, हाँ जी, बहुत खुश है भी आप अगे बच्चे वास्ते कुछ बना सकते हैं।